ਸਵਾਗਤ ਕਰਦਾ ਵੀਰ ਅਤੇ ਪੈਣਾ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਆਊਟ ਕਰ ਦਿੱਤੀ ਗਈ ਹੈ ਜੀ ਆ ਦੋਸਤੋ ट्रिपल एसबी ਵੱਲੋਂ ਮਤਲਬ ਪੀ ट्रिपल एसਬੀ ਵੱਲੋਂ ਰਿਕਰੂਟਮੈਂਟ ਦਾ ਨਵਾਂ ਨੋਟੀਫਿਕੇਸ਼ਨ ਜਿਹੜਾ ਹੈ ਜੀ ਆਊਟ ਕਰ ਦਿੱਤਾ ਗਿਆ ਜਿਹਦੇ ਵਿੱਚ 750 ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਹੈ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗਾ ਤੁਸੀਂ ਕਿਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਐਲੀਜੀਬਿਲਿਟੀ ਕੀ ਰਹੂਗੀ ਪੂਰਾ ਨੋਟੀਫਿਕੇਸ਼ਨ ਹੈ ਮੈਂ ਤੁਹਾਨੂੰ ਕੋਈ ਸ਼ਾਰਟ ਨੋਟੀਫਿਕੇਸ਼ਨ ਨਹੀਂ ਦਿਖਾਵਾਂਗਾ ਪੂਰਾ ਡਿਟੇਲਡ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਹਰ ਇੱਕ ਚੀਜ਼ ਲਿਖੀ ਗਈ ਹੈ ਤੇ ਤੁਸੀਂ ਤਾਂ ਜਿਹੜਾ ਇਸ ਦਾ ਲਿੰਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਲੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਵੀ ਚੈੱਕ ਕਰ ਸਕਦੇ ਹੋ ਜੀ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਇਸ ਤੋਂ ਇਲਾਵਾ ਹੋਰ ਕਈ ਭਰਤੀਆਂ ਜਿਹੜੀਆਂ ਨੇ ਜੀ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਾਡੇ ਮੋਬਾਈਲ ਤੁਸੀਂ ਜਦ ਆਪਣੀ ਸਾਡੀ ਵੈਬਸਾਈਟ ਤੇ ਜਾਓਗੇ ਜਾਂ ਸਾਡੇ ਚੈਨਲ ਦੇ ਉੱਪਰ ਜਾਓਗੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਦੱਸ ਦੇਣਾ ਚਾਹਣਾ ਨਵੀਆਂ-ਨਵੀਆਂ ਭਰਤੀਆਂ ਆਊਟ ਹੋਈਆਂ ਨੇ ਪੰਜਾਬ ਦੇ ਵਿੱਚ ਤੁਸੀਂ ਜਲਦੀ ਨਾਲ ਜਾਓ ਤੇ ਉਹਨਾਂ ਲਈ ਵੀ ਅਗਰ एलिਜੀਬਲ ਹੋ ਤੇ ਜਲਦੀ ਜਾ ਕੇ ਚੈੱਕ ਕਰਕੇ ਤੁਸੀਂ ਅਪਲਾਈ ਕਰ ਲਵੋ ਤੇ ਨਾਲ ਦੀ ਨਾਲ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੀ ਆ ਰਿਹਾ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਅਸੀਂ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਲੈ ਕੇ ਆਨੇ ਹੈ ਤੇ ਨਾਲ ਦੀ ਨਾਲ ਤੁਸੀਂ ਸਾਨੂੰ ਆਪਣੇ ਏਰੀਆ ਦੀ ਡਿਟੇਲ ਜਰੂਰ ਦੇ ਦਿਓ ਕਿ ਕਿਸ ਏਰੀਆ ਤੋਂ ਤੁਸੀਂ ਪੰਜਾਬ ਤੋਂ ਤਾਂ ਕਿ ਤੁਹਾਡੇ ਲਈ ਅਸੀਂ ਜਿਹੜੀ ਭਰਤੀ ਹੈ ਉਹ ਲੈ ਕੇ ਆਈਏ ਤੇ ਤੁਹਾਨੂੰ ਉਹਦੇ ਲਈ ਡਿਟੇਲ ਜਿਹੜੀ ਹੈ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੱਧ ਤੋਂ ਵੱਧ ਆਪਣੀ ਡਿਟੇਲ ਜਰੂਰ ਮੈਂਸ਼ਨ ਕਰਨਾ ਤਾਂ ਕਿ ਤੁਹਾਡੇ ਲਈ ਜਿਹੜੀਆਂ ਨੇ ਸਾਨੂੰ ਆਸਾਨੀ ਦੀ ਹੈ ਜੀ ਜਿਹੜੇ ਭਾਰਤੀਆਂ ਦੇ ਨੋਟੀਫਿਕੇਸ਼ਨ ਤੁਹਾਡੇ ਲਈ ਲਿਆ ਕੇ ਆਉਣ ਦੇ ਲਈ ਸੋ ਜਲਦੀ ਜਾਓ ਤੇ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਜਰੂਰ ਕਰ ਦਿਓ ਜੀ ਉਸ ਤੋਂ ਬਾਅਦ ਹੁਣ ਤੁਹਾਨੂੰ ਲੈ ਚੱਲਣਾ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ ਜੀ ਜਿਹੜਾ ਕਿ ਅਦੀਨ ਚੋਣ ਸੇਵਾਵਾਂ ਬੋਰਡ ਪੰਜਾਬ ਵਨ ਭਾਗ ਸੈਕਟਰ 68 ਐਸ ਐਸ ਨਗਰ ਮੁਹਾਲੀ ਵੱਲੋਂ ਆਊਟ ਕੀਤਾ ਗਿਆ ਇਸ਼ਤਿਹਾਰ ਨੰਬਰ 4 ਆਫ 2021 ਮਤਲਬ April ਮਹੀਨ 2021 ਦਾ ਪਹਿਲਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਆਊਟ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਇਸ਼ਤਿਹਾਰ ਨੂੰ ਪ੍ਰਕਾਸ਼ਿਤ ਹੋਣ ਦੀ ਮਿਤੀ ਹੈਗੀ ਹੈ 2 4 2021 ਤੇ ਆਨਲਾਈਨ ਅਪਲਾਈ ਕਰਨਾ ਜਿਹੜਾ ਹੈ ਸ਼ੁਰੂ ਹੋ ਚੁੱਕਾ 5 4 2021 ਤੋਂ ਹੱਲੇ ਹੋਏਗਾ 2 ਦਿਨ ਬਾਅਦ ਓਪਨ ਹੋ ਜਾਣ ਗਿਆ ਉਸ ਤੋਂ ਬਾਅਦ ਅਪਲਾਈ ਕਰਨ ਦੀ ਆਖਰੀ ਮਿਤੀ ਜਿਹੜੀ ਹੈਗਾ 26 4 2021 ਸ਼ਾਮ 5 ਵਜੇ ਤੱਕ ਫੀਸ ਜਿਹੜੀ ਭਰਨੀ ਹੈ ਜੀ ਤੁਸੀਂ 29 4 2021 ਲਾਸਟ ਹੈ ਇਹਦੇ ਤੱਕ ਤੁਸੀਂ ਭਰ ਸਕਦੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ ਜਿਹੜੀਆਂ ਭਰਤੀਆਂ ਆਊਟ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੋਂ ਪ੍ਰਾਪਤ ਮੰਗ ਪੱਤਰ ਅਸਾਮੀਆਂ ਦੀ ਵਰਗੀਕਰਨ ਅਤੇ ਵਿਭਾਗੀ ਨਿਯਮਾਂ ਅਨੁਸਾਰ ਗਰੁੱਪ ਸੀ ਦੀ ਸਕੂਲ ਲਾਇਬ੍ਰੇਰੀਅਨ ਦੀ 750 ਅਸਾਮੀਆਂ ਭਰਨ ਲਈ ਬੋਰਡ ਵੈੱਬਸਾਈਟ ਜੋ ਕਿ rspb.punjabgeo.in ਦੇ ਉੱਪਰ ਉਮੀਦਵਾਰਾਂ ਤੋਂ ਮਿਤੀ 5-4-2021 ਤੋਂ 26-4-2021 ਸ਼ਾਮ 5:00 ਵਜੇ ਤੱਕ ਆਨਲਾਈਨ ਅਰਜ਼ੀਆਂ ਜੜੀਆਂ ਨੇ ਮੰਗ ਕੀਤੀ ਗਈ ਹੈ। ਇਸ ਦੇ ਵਿੱਚ ਟੋਟਲ 750 ਵਰਤੀਆਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਸਕੂਲ ਲਾਇਬ੍ਰੇਰੀਅਨ ਦੀਆਂ। ਇਸ ਦੇ ਵਿੱਚ ਉਹਨਾਂ ਨੇ ਇਹਨੂੰ ਬਾਈਫਰਕੇਟ ਕਰ ਦਿੱਤਾ ਹੈ ਕੈਟਾਗਰੀ ਵਾਈਜ਼। ਜਨਰਲ ਦੀਆਂ 293, ਐਸਸੀ ਦੀਆਂ 74, ਐਸਸੀ ਦੀਆਂ 75 bc ਦੀਆਂ 75 esm ਜਨਰਲ ਦੀਆਂ 52 esm ac ਦੀਆਂ 15 esm sc ro ਦੀਆਂ 15 ਉਸ ਤੋਂ ਬਾਅਦ ਨੈਕਸਟ ਹੈ ਜੀ esm bc ਦੀਆਂ 15 ਆਰਥੋ ਹੈਂਡੀਕੈਪ 7 ਵਿਜੂਅਲ ਇੰਪੇਅਰਡ 8 ਹੈਰਿੰਗ ਇੰਪੇਅਰਡ 8 ਇੰਟੈਕਚੂਅਲੀ ਡਿਸੇਬਲ 7 ਸਪੋਰਟਸ ਜਨਰਲ 15 sc ਸਪੋਰਟਸ 04 sc ਸਪੋਰਟਸ 04 ਫਰੀडम फाइਟਰ 7 ਤੇ ews ਜਨਰਲ ਦੀਆਂ 76 ਪੋਸਟਾਂ ਟੋਟਲ ਪੋਸਟਾਂ ਤੁਸੀਂ ਦੇਖ ਪਾ ਰਹੇ ਹੋ 750 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਆ ਰੱਖਵੀਕਰਨ ਹੈਗਾ ਜਿੰਨਾ ਕੋਲ ਜਿਹੜਾ ਸਰਟੀਫਿਕੇਟ ਅਵੇਲੇਬਲ ਹੋਏਗਾ ਚਾਹੇ ਉਹ ਐਸਐਮ ਜਨਰਲ ਐਸਐਮ ਐਸਸੀ ਦਾ ਹੋਵੇ ਬੀਸੀ ਦਾ ਹੋਵੇ ਉਹ ਹੋਣਗੇ ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ ਤਾਂ ਹੀ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਜੀ ਸੋ ਨੈਕਸਟ ਅਸੀਂ ਗੱਲ ਕਰਦੇ ਆ ਇਹਨਾਂ ਵਿੱਚ ਜਦੋਂ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਮਤਲਬ ਐਪਲੀਕੇਸ਼ਨ ਤੁਸੀਂ ਆਨਲਾਈਨ ਫਿਲ ਕਰਨੀ ਹੋਏਗੀ ਆਨਲਾਈਨ ਇਹਦੀ ਵੈਬਸਾਈਟ ਤੇ ਜਾ ਕੇ ਉਹਦੇ ਲਈ ਕੋਡ ਦਿੱਤੇ ਗਏ ਨੇ ਇਹ ਕੋਡ ਤੁਸੀਂ ਆਪਣੀ ਕੈਟਾਗਰੀ ਦਾ ਮੈਂਸ਼ਨ ਕਰਨਾ ਨਾ ਭੁੱਲਣਾ ਤਾਂ ਹੀ ਤੁਹਾਨੂੰ ਜਿਹੜੀ ਹੈ ਰਿਜ਼ਰਵੇਸ਼ਨ ਮਿਲ ਪਾਏਗੀ ਈਦਰ ਨਹੀਂ ਤਾਂ ਤੁਸੀਂ ਐਜ਼ ਅ ਜਨਰਲ ਹੀ ਕਨਸੀਡਰ ਕੀਤੇ ਜਾਓਗੇ ਸੋ ਇਹ ਤੁਸੀਂ ਮੈਂਸ਼ਨ ਜਰੂਰ ਕਰ ਲੈਣਾ ਇੱਥੋਂ ਚੈੱਕ ਕਰਕੇ ਸਹੀ ਵਾਲਾ ਹੀ ਮੈਂਸ਼ਨ ਕਰਨਾ ਹੈ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਹੇਠੇ ਉਹ ਵੀ ਲਿਖਾ ਹੈ ਕਿ ਕੀ ਕੀ ਮਤਲਬ ਹੈ ਨਾ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਕਿ ਵਿਦਿਅਕ ਯੋਗਤਾ ਮਤਲਬ ਤੁਹਾਡੀ এডਿਕੇਸ਼ਨ ਕੁਆਲਿਫਿਕੇਸ਼ਨ ਕੀ ਰਹੇਗੀ ਇਹਦੇ ਲਈ ਇਹਦੇ ਲਈ ਅਗਰ ਤੁਸੀਂ 12ਵੀਂ ਪਾਸ ਹੋ ਕਿਸੇ ਵੀ ਰੈਕੋਗਨਾਈਜ਼ ਇੰਸਟੀਟਿਊਟ ਤੋਂ ਤੁਸੀਂ एलिजिਬਲ ਹੋ। ਔਰ ਤੁਹਾਡੇ ਕੋਲ 2 ਸਾਲ ਦਾ ਡਿਪਲੋਮਾ ਕੋਰਸ ਹੈਗਾ ਲਾਇਬ੍ਰੇਰੀ ਸਾਇੰਸ ਦਾ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਤਾਂ ਤੁਸੀਂ ਇਹਨਾਂ ਲਈ ਅਪਲਾਈ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਇਸ ਦੇ ਵਿੱਚ ਨੈਕਸਟ ਗੱਲ ਕਰਦੇ ਹਾਂ ਤੁਹਾਡੀ ਤਨਖਾਹ ਕਿੰਨੀ ਰਹੇਗੀ। ਇਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਰਹੇਗੀ ਜੀ 25500 ਜਿਹੜਾ ਹੈ میٹرਿਕ ਤੇ ਲੈਵਲ 4 ਦੇ ਅਕੋਰਡਿੰਗਲੀ ਹੋਇਆ ਜਾਏਗਾ ਜੀ। ਔਰ ਇਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਉਮਰ ਸੀਮਾ ਕਿੰਨੀ ਹੋਏਗੀ ਤੁਹਾਡੀ। ਇਹਦੇ ਵਿੱਚ ਅਗਰ ਤੁਹਾਡੀ ਉਮਰ ਉਮੀਦਵਾਰਾਂ ਲਈ 18 ਤੋਂ ਲੈ ਕੇ 37 ਸਾਲ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਵਾਲਿਆਂ ਵਾਸਤੇ ਜਿਹੜੇ ਕੀ 42 ਸਾਲ ਤੱਕ ਹੋਏਗੀ ਰਾਜ ਦੇ ਕੇਂਦਰੀ ਸਰਕਾਰ ਕਰਮਚਾਰੀਆਂ ਦੇ ਲਈ ਜਿਹੜੀ ਆ 45 ਸਾਲ ਸਾਬਕਾ ਫੌਜੀ ਵਾਲਿਆਂ ਲਈ ਤੁਸੀਂ ਦੇਖੋਗੇ ਤਾਂ 3 ਸਾਲ ਤੋਂ ਜਿਹੜੀ ਆ ਦਿੱਤੀ ਜਾਏਗੀ ਔਰ 47 ਸਾਲ ਦੀ ਹੋਏਗੀ ਪੰਜਾਬ ਦੇ ਵਿਸਨੀਕ ਦਿਵਿਆਂਗ ਉਮੀਦਵਾਰਾਂ ਦੇ ਲਈ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਤੁਸੀਂ ਹੋਰ ਵੀ ਕੈਟਾਗਰੀ ਮੈਂਸ਼ਨ ਨੇ ਅਗਰ ਤੁਸੀਂ ਕਿਸੇ ਹੋਰ ਕੈਟਾਗਰੀ ਦੇ ਲਈ ਜਾਂਦੇ ਹੋ ਤਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਫੀਸ ਜਿਹੜੀ ਤੁਸੀਂ ਫਿਲ ਕਰਨੀ ਹੈ ਜਨਰਲ categories ਲਈ ਹਰ ਵਾਰ ਦੀ ਤਰ੍ਹਾਂ 1000 ਰੁਪਏ ਜੀ ਐਸਸੀ ਬੀਸੀ ਦੇ ਲਈ 250 ਰੁਪਏ ਸਾਫ ਕਾ ਫੌਜੀ 200 ਰੁਪਏ ਅੰਗヒਿੰਦ ਵਿਆੰਗ ਦੇ ਲਈ 500 ਰੁਪਏ ਜੀ ਇਹ ਫੀਸ ਕਿਹੜੀ ਹੈ ਕਿਸੇ ਵੀ ਕੰਡੀਸ਼ਨ ਦੇ ਵਿੱਚ ਵਾਪਸ ਨਹੀਂ ਕੀਤੀ ਜਾਏਗੀ ਜੀ ਔਰ ਇਸ ਦੇ ਵਿੱਚ ਕੁਝ ਰੱਖ ਵੀ ਕਰਨ ਰਿਜ਼ਰਵੇਸ਼ਨ ਰਿਲੇਟਡ ਜਿਹੜੀਆਂ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਉਹ ਤੁਸੀਂ ਕੋਈ ਰੀਡ ਆਊਟ ਜ਼ਰੂਰ ਕਰ ਲੈਣਾ ਇਹਨਾਂ ਨੂੰ ਪ੍ਰੋਪਰ ਪੜ੍ਹ ਕੇ ਤੋਂ ਬਾਅਦ ਹੀ ਅਪਲਾਈ ਕਰਨਾ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਿਲੈਕਸ਼ਨ ਪ੍ਰੋਸੈਸ ਦੀ ਇਸ ਦੇ ਵਿੱਚ ਜਿਹੜੇ ਉਮੀਦਵਾਰ ਆਬਜੈਕਟਿਵ ਟਾਈਪ ਲਿਖਤੀ ਟੈਸਟ ਦੇਣਾ ਹੈ ਉਹ ਲਿਆ ਜਾਵੇਗਾ ਉਸ ਦੇ ਵਿੱਚ ਹੀ ਜਿਹੜੀ ਕਾਮਨ ਮੈਰਿਟ ਲਿਸਟ ਜਿਹੜੀ ਹੈ ਉਹ ਤਿਆਰ ਕੀਤੀ ਜਾਏਗੀ ਔਰ ਉਹਨਾਂ ਵਿੱਚੋਂ ਹੀ ਜਿਹੜੀ ਹੈ ਆਬਜੈਕਟਿਵ ਟਾਈਪ ਪ੍ਰੀਖਿਆ ਦੇ ਕਰਦੋਗਾ 40% ਅੰਕ ਜਿਹੜੇ ਪ੍ਰਾਪਤ ਕਰਨੇ ਜ਼ਰੂਰੀ ਨੇ ਆਬਜੈਕਟਿਵ ਟਾਈਪ ਵਿੱਚ 40% ਅੰਕ ਕਰ ਤੋਂ ਕਰ ਜਿਹੜੇ ਹੋਣਗੇ ਉਹਨਾਂ ਨੂੰ ਨੀਚੇ ਵਾਲਾਂ ਜਿਹੜਾ ਹੈ ਉਹ ਫੇਲ ਕਰਾ ਕਰ ਦਿੱਤਾ ਜਾਏਗਾ 40% ਤੋਂ ਵਾ ਵ ਲਹੋਗੇ ਤਾਂ ਹੀ ਤੁਸੀਂ ਮੈਰਿਟ ਲਿਸਟ ਵਾਸਤੇ ਵੀ ਐਲੀਜੀਬਲ ਹੋਵੋਗੇ ਜੀ ਇਹ ਸੀਗਾ ਇਹਨਾਂ ਦੇ ਸਿਲੈਕਸ਼ਨ ਪ੍ਰੋਸੀਜਰ ਤੇ ਹੋਰ ਵੀ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਲਿਖਤੀ ਪ੍ਰੀਖਿਆ ਦੇ ਲਈ ਉਹਨਾਂ ਨੇ ਕੁਝ ਦਿੱਤੀਆਂ ਨੇ ਹਦਾਇਤਾਂ ਉਹ ਵੀ ਤੁਸੀਂ ਕਰ ਲੈਣਾ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਦਾ ਲਿੰਕ ਜਿਹੜਾ ਹੈ ਉਹ ਤੁਸੀਂ ਦੇਖ ਪਾ ਰਹੇ ਹੋ ਇਹਦਾ ਲਿੰਕ ਤੁਸੀਂ ਨੋਟ ਕਰ ਲੈਣਾ http:// ssbpunjab.gov.in ਤੇ ਡਾ ਹੈਗਾ ਤੇ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ 5/4/2021 ਤੋਂ ਬਾਅਦ ਜੋ ਕਿ ਲਾਸਟ ਡੇਟ ਹੈ 26/4/2021 ਤੇ ਇਹਦੇ ਵਿੱਚ ਤੁਹਾਨੂੰ ਜਿੱਦਾਂ ਮੈਂ ਦੱਸਿਆ ਤੁਸੀਂ ਆਪਣੀ ਜਿਹੜੀ ਪਰਸਨਲ ਡਿਟੇਲ ਫਿਲ ਕਰਨੀ ਹੈ ਜਿਹੜੇ ਰਜਿਸਟ੍ਰੇਸ਼ਨ ਕਰ ਲੈਣ ਤੋਂ ਬਾਅਦ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰੋਗੇ ਫਿਰ ਆਪਣਾ ਜਿਹੜਾ ਲੌਗਇਨ ਕਰਨ ਤੋਂ ਬਾਅਦ ਭਰਨਾ ਹੈ ਔਰ ਫੀ ਪਰੰਦੀ ਪੂਰੀ ਪ੍ਰੋਸੈਸ ਵੀ ਉੱਥੇ ਹੀ ਆਏਗੀ ਤੁਹਾਡੇ ਕੋਲ ਠੀਕ ਹੈ ਜੀ ਜਦੋਂ ਤੁਸੀਂ ਆਪਣੀ ਅਪਲੀਕੇਸ਼ਨ ਸਬਮਿਟ ਕਰੋਗੇ ਉਸ ਤੋਂ ਬਾਅਦ ਮੇਕ ਪੇਮੈਂਟ ਦੀ ਆਪਸ਼ਨ ਆਏਗੀ ਪੇ ਫੀ ਦੇ ਅੰਡਰ ਉਹਦੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੇ ਕਰ ਦਿੰਨਾ ਜੋ ਕਿ 29 ਤਿਹਾਰ 2021 ਤੱਕ ਜਿਹੜੀ ਹੈ ਤੁਸੀਂ ਕਰ ਸਕਦੇ ਹੋ ਜੀ ਸੋ ਇਹ ਸੀਗਾ ਜੀ ਤੁਹਾਡਾ ਅੱਜ ਦਾ ਨੋਟੀਫਿਕੇਸ਼ਨ ਇਹਨੂੰ ਪ੍ਰੋਪਰ ਰੀਡ ਆਊਟ ਕਰ ਲੈਣਾ ਕਿਉਂਕਿ 11 12 ਪੇਜਾਂ ਦਾ ਨੋਟੀਫਿਕੇਸ਼ਨ ਹੈ ਫਿਰ ਵੀ ਕੋਈ ਡਾਊਟ ਹੋਏ ਕਮੈਂਟ ਕਰਿਓ ਜੀ ਤੁਹਾਡੀ ਜਰੂਰ ਹੈਲਪ ਕਰਾਂਗੇ ਸਾਡੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜਲਦੀ ਨਾਲ ਜਾ ਕੇ ਤੇ ਹੁਣ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਮਿਲਿ ਧੰਨਵਾਦ ਜੀ